ਤੁਹਾਨੂੰ ਕਦੇ ਏਦਾਂ ਫੀਲ ਤਾਂ ਨਹੀਂ ਹੁੰਦਾ ਵੀ ਤੁਹਾਡੇ ਕੰਨਾਂ ਚੋਂ ਆਵਾਜ਼ਾਂ ਆ ਰਹੀਆਂ ਨੇ, ਜਾਂ ਵਹਿਮ ਏਦਾਂ ਦਾ ਹੋ ਗਿਆ ਵੀ ਮੈਨੂੰ ਸੁਣਦਾ ਪਿਆ ਕਿਸੇ ਨੂੰ ਗੱਲਾਂ ਸੁਣ ਦੇ ਰਹੀਆਂ, ਜਾਂ ਤੁਹਾਨੂੰ ਇਹ ਲੱਗੇ ਵੀ ਮੇਰੇ ਕੱਪੜਿਆਂ ਚ ਕੋਈ ਕੀੜੇ ਨੇ, ਜਾਂ ਕੋਈ ਮੇਰੇ ਘਰ ਦੇ ਵਿੱਚ ਕੋਈ ਜਾਨਵਰ ਫਿਰੀ ਜਾਂਦੇ ਨੇ, ਇਹ ਵਹਿਮ ਪੈ ਰਹੇ ਨੇ ਤੁਹਾਨੂੰ। ਫਿਰ ਇਹ ਤੋਂ ਬਾਅਦ ਇੱਕ ਹੋਰ ਚੀਜ਼ ਵਹਿਮ ਆ ਜਾਂਦੇ ਆ ਵੀ ਕੈਮਰੇ ਜਿਹੜੇ ਲੱਗੇ ਹੋਏ ਨੇ ਵੀ ਮੈਨੂੰ ਉਹਨਾਂ ਚ ਕੋਈ ਦੇਖ ਰਿਹਾ, ਮੇਰੀ ਹਰ ਚੀਜ਼ ਦੇ ਉੱਤੇ ਕੋਈ ਮੋਨੀਟਰ ਕਰਦਾ ਪਿਆ ਮੈਨੂੰ। ਈਵਨ ਮੋਬਾਈਲ ਫੋਨਸ ਦੇ ਵਿੱਚ ਕਈਆਂ ਨੂੰ ਵਹਿਮ ਹੁੰਦਾ ਵੀ ਮੈਨੂੰ ਕੋਈ ਚੀਜ਼ ਮੇਰੇ ਉੱਤੇ ਨੋਟਿਸ ਕਰੀ ਜਾ ਰਹੀ ਆ। ਇਹ ਬਿਮਾਰੀ ਦਾ ਨਾਮ ਹੈਗਾ ਸੀਜ਼ੋਫਰੀਨੀਆ, ਇਹ ਮੈਂਟਲ ਇਲਨੈਸ ਹੈ। ਇਸ ਬਿਮਾਰੀ ਨੂੰ ਧਾਰਮਿਕਤਾ ਨਾਲ ਵੀ ਜੋੜ ਦਿੱਤਾ ਜਾਂਦਾ ਵੀ ਤੈਨੂੰ ਕਸਰ ਹੋ ਗਈ, ਤੇਰਾ ਝਾੜਾ ਕਰਾਇਆ ਹੁੰਦੇ ਆ, ਜਾਂ ਤੈਨੂੰ ਉੱਥੇ ਚੌਂਕੀ ਭਰਾ ਦਿੰਦੇ ਆ, ਬਾਬੇ ਦੇ ਪੰਜ ਚੌਂਕੀਆਂ ਭਰਨੀਆਂ ਸ਼ਨੀਵਾਰ ਨੂੰ, ਤੂੰ ਠੀਕ ਹੋ ਜਾਏਗੀ ਜਾਂ ਠੀਕ ਹੋ ਜਾਏਗਾ। ਇਹ ਜਿਹੜੀ ਪ੍ਰੋਬਲਮ ਆ ਨਾ, ਇਹ ਛੋਟੀ ਏਜ ਤੋਂ ਸ਼ੁਰੂ ਹੋ ਜਾਂਦੀ ਹੁੰਦੀ ਹੈ, ਇਹ 14-15 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਇਹਦਾ ਪਤਾ ਕਦੋਂ ਲੱਗਦਾ? ਜਦੋਂ 26-27 ਸਾਲ ਦੀ ਉਮਰ ਹੋ ਜਾਂਦੀ ਹੈ, ਕਿਉਂਕਿ ਇਹ ਇੱਕ ਐਸੀ ਮਾਨਸਿਕ ਬਿਮਾਰੀ ਹੈ ਜਿਹਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਦੁਨੀਆ ਨੂੰ। ਤੇ ਜਿਹੜਾ ਪੇਂਡੂ ਤਬਕਾ ਜ਼ਿਆਦਾ, ਉਹ ਇਹਨੂੰ ਵਹਿਮਾਂ ਭਰਮਾਂ ਚ ਪਾ ਕੇ ਤੋਰ ਲੈਂਦਾ ਵੀ ਨਹੀਂ ਨਹੀਂ ਤੂੰ ਕੋਈ ਪਾਪ ਕਰਿਆ ਹੋਣਾ ਤਾਂ ਤੈਨੂੰ ਇਹ ਚੀਜ਼ਾਂ ਦਿਖਦੀਆਂ, ਡਰਾਉਂਦੀਆਂ ਨੇ, ਤੂੰ ਆਹ ਕੰਮ ਕਰਿਆ ਕਰ, ਤੂੰ ਆਹ ਟੂਣਾ ਕਰਿਆ ਕਰ, ਤੂੰ ਆਹ ਉਪਾਅ ਕਰ ਲੈ, ਚੀਜ਼ਾਂ ਠੀਕ ਹੋ ਜਾਣੀਆਂ। ਨਹੀਂ ਨਹੀਂ, ਇਹਦੀ ਮੈਡੀਸਨ ਲਓ, ਆਪਣੇ ਡਾਕਟਰ ਨਾਲ ਕੰਸਲਟ ਕਰੋ, ਦੂਜੀ ਇਹਦੀ ਕਾਉਂਸਲਿੰਗ ਜ਼ਰੂਰ ਕਰਾਓ, ਕਿਉਂਕਿ ਜਿੰਨੇ ਬਾਹਰ ਬੈਠੇ ਪੇਸ਼ੈਂਟਸ ਨੇ ਨਾ ਮੇਰੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਨੇ, ਉਹ ਤਾਂ ਚਲੋ ਇਸ ਚੀਜ਼ ਨੂੰ ਸਮਝਦੇ ਨੇ, ਉਹ ਮੰਨਦੇ ਨੇ ਵੀ ਸਾਨੂੰ ਆਵਾਜ਼ਾਂ ਸੁਣਦੀਆਂ ਨੇ। ਇਹਦੇ ਵਿੱਚ ਇੱਕ ਇਹ ਵੀ ਸਟੇਜ ਆ ਜਾਂਦੀ ਹੈ ਵੀ ਤੁਹਾਨੂੰ ਉਹ ਦਿਖਣ ਲੱਗ ਜਾਂਦੀਆਂ ਚੀਜ਼ਾਂ ਜੋ ਐਗਜ਼ਿਸਟ ਹੀ ਨਹੀਂ ਕਰਦੀਆਂ ਹੈਗੀਆਂ, ਜਿਹਨੂੰ ਬਲੀਵਸ ਕਹਿੰਦੇ, ਅੰਧ ਵਿਸ਼ਵਾਸ, ਵੀ ਮੈਨੂੰ ਤਾਂ ਦਿਖਦਾ ਮੇਰੇ ਬਾਰੇ ਦੋ ਜਣੇ ਗੱਲਾਂ ਕਰਦੇ ਪਏ ਨੇ, ਪੱਕਾ ਮੇਰੀਆਂ ਚੁਗਲੀਆਂ ਕਰਦੇ ਨੇ, ਭਾਵੇਂ ਉਹ ਤੁਹਾਨੂੰ ਜਾਣਦੇ ਵੀ ਨਹੀਂ ਹੈਗੇ ਕੋਈ, ਤੁਸੀਂ ਉਹਨਾਂ ਤੇ ਵੀ ਸ਼ੱਕ ਕਰੀ ਜਾਓਗੇ। ਇਹ ਸ਼ੱਕ ਦੀ ਬਿਮਾਰੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ, ਈਵਨ ਤੁਸੀਂ ਆਪਣੇ ਘਰ ਦੇ ਮੈਂਬਰਾਂ ਤੇ ਵੀ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਇਹਦਾ ਇਲਾਜ ਸੰਭਵ ਹੈਗਾ ਜੇ ਤਰੀਕੇ ਨਾਲ ਚਲੋ, ਇਹਦੀ ਮੈਡੀਸਿਨਸ ਵੀ ਲਓ ਤੇ ਇਹਦੀ ਕਾਉਂਸਲਿੰਗ ਜ਼ਰੂਰ ਕਰਾਓ, ਕਿਉਂਕਿ ਤੁਹਾਡਾ ਕਾਉਂਸਲਰ ਤੁਹਾਨੂੰ ਇਹ ਚੀਜ਼ਾਂ ਨੂੰ ਪ੍ਰੈਕਟੀਕਲੀ ਤੇ ਲੌਜੀਕਲੀ ਸਮਝਾਊਗਾ ਵੀ ਇਹ ਬਿਮਾਰੀ ਹੈ ਜਾਂ ਇਹ ਸੱਚ ਹੈ। ਕਿਉਂਕਿ ਤੁਹਾਡਾ ਦੇਖੋ, ਜੇ 10 ਲੱਖ ਬੰਦੇ ਨੂੰ ਇਹ ਪ੍ਰੋਬਲਮ ਹੈ ਤਾਂ 10 ਲੱਖ ਬੰਦਿਆਂ ਦੇ ਆ ਜਿਹੜੇ ਵਿਸ਼ਵਾਸ ਦੇ ਜਿਹੜੇ ਬਲੀਵ ਨੇ ਉਹ ਡਿਫਰੈਂਟ ਨੇ। ਕਿਸੇ ਨੂੰ ਇਹ ਇਹ ਵਿਸ਼ਵਾਸ ਬਲੀਵ ਹੋ ਜਾਂਦਾ ਵੀ ਮੇਰੀ ਜਿਹੜਾ ਮੇਰਾ ਮੁੰਡਾ ਇਹ ਚੋਰੀ ਕਰਦਾ ਮੇਰੇ ਘਰ ਚ, ਜਿਹੜੀ ਮੇਰੀ ਕੁੜੀ ਇਹ ਵੀ ਚੋਰੀ ਕਰਦੀ ਹੈ ਮੇਰੇ ਘਰ ਚ, ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਨੇ, ਜਾਂ ਕੋਈ ਇਹ ਕਰਦਾ ਵੀ ਜਿਹੜੀ ਜਗ੍ਹਾ ਮੈਂ ਜੌਬ ਤੇ ਕੰਮ ਕਰਦਾ ਉੱਥੇ ਸਾਰੇ ਜਣੇ ਮੇਰੇ ਬਾਰੇ ਚੁਗਲੀਆਂ ਕਰਦੇ ਨੇ, ਮੇਰੇ ਬਾਰੇ ਗੱਲਾਂ ਕਰਦੇ ਨੇ, ਮੇਰੇ ਬਾਰੇ ਬੁਰਾ ਸੋਚਦੇ ਨੇ। ਸੋ ਚੀਜ਼ ਨੂੰ ਸਮਝੋ, ਜੇ ਬਾਰ ਬਾਰ ਤੁਹਾਨੂੰ ਇਹ ਆਦਤ ਪੈ ਰਹੀ ਹੈ ਜਾਂ ਤੁਹਾਨੂੰ ਇਹ ਚੀਜ਼ ਦਾ ਵਹਿਮ ਹੈ, ਜੇ ਡਰ ਹੈ ਤਾਂ ਤੁਹਾਨੂੰ ਪ੍ਰੋਬਲਮ ਹੈਗੀ ਸਾਈਕੋਲੋਜੀਕਲ। ਜਦ ਕਿ ਇਹ ਬਿਮਾਰੀਆਂ ਅਸਲ ਦੇ ਵਿੱਚ ਹੁੰਦੀਆਂ ਨੇ, ਪਰ ਇਹਨਾਂ ਨੂੰ ਵਹਿਮ ਨਾਲ ਜੋੜ ਕੇ ਅੰਧ ਵਿਸ਼ਵਾਸ ਪਾ ਦਿੱਤਾ ਜਾਂਦਾ। ਕਾਉਂਸਲਿੰਗ ਕਰਾਓ, ਬਿਲਕੁਲ ਠੀਕ ਹੋ ਜਾਊਗੇ, ਫਿਕਰ ਨਾ ਕਰੋ। ਸਤਿ ਸ਼੍ਰੀ ਅਕਾਲ।